ਗਿਆ ਜੀ ਇੱਕ ਕਾਲੀ ਮੰਡੀ ਤੇ ਦੋ ਜਾਂਦੇ ਬੈਠ ਕੇ ਚਾਰ ਨਾਲੇ ਅਲਕ ਬਸ਼ੇਰੀ ਪੰਜ ਛੇ ਸੱਤ ਅੱਠ ਨੌ ਦਸ ਬਾਈ ਇੱਕ ਬੋਲੋ ਇੱਕ ਮੇਰ ਦੀ ਹੱਥ ਬੰਨ ਕੇ ਛੋਟੇ ਬਾਈ ਇੱਕ ਜਣੇ ਨੇ ਬੋਲਣਾ ਹੈ ਰਾਜਾ ਬੋਲਦਾ ਬੋਲਣ ਦੋ ਬਾਰਾਂ ਤੇਰਾਂ ਚੌਦਾਂ ਇੱਕ ਮਿੰਟ ਚੌਦਾਂ ਗੇੜੇ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਉਹ ਇੱਕ ਬੋਲੋ ਇੱਕ ਵੀਰ ਇੱਕ ਬੋਲੋ ਇੱਕ ਜਣਾ ਇੱਕ ਬੋਲੋ ਮੇਰਾ ਵੀਰ ਚੌਵੀ ਪੱਚੀ ਛੱਬੀ ਸਤਾਈ ਦੋ ਮਿੰਟ ਸਾਢੇ ਸਤਾਈ ਗੇੜੇ ਵੇ ਅਠਾਈ ਹੋ ਗੜਾ ਟੇਸੀਆਂ ਉਣੱਤੀ ਤੀਹ ਇੱਕ ਇੱਕ ਬਈ ਇੱਕ ਜਣਾ ਬੋਲੋ ਵਾਰ ਵਾਰ ਨਾ ਕਹੋ ਛੋਟੇ ਪਾ ਇੱਕ ਜਣਾ ਇਕੱਤੀ ਇਹ ਵਧੀਆ ਹੀ ਲੱਗਦੀ ਗੱਲ ਇਹ ਰਾਜਾ ਬੋਲਦਾ ਬੋਲੀ ਜਾਣ ਦੋ ਬਾਕੀ ਨਾ ਬੋਲੋ ਤੇਤੀ ਚੌਂਤੀ ਪੈਂਤੀ ਨਾ ਬੋਲੋ ਨਾ ਬੋਲੋ ਨਾ ਬੋਲੋ ਛੱਤੀ ਸੈਂਤੀ ਅਠੱਤੀ ਉਨਤਾਲੀ ਉਹ ਨਾ ਵੀ ਏਦਾਂ ਕਰੋ ਚਾਲੀ ਤਿੰਨ ਮਿੰਟ ਸਾਢੇ ਚਾਲੀ ਗੇੜੇ ਬਈ ਇਕਤਾਲੀ ਬਿਆਲੀ ਤਰਤਾਲੀ ਚੁਆਲੀ ਲੈ ਲੈ ਹਟਾ ਦਾਂਗੇ ਹਟਣ ਗਿਆ ਪੰਤਾਲੀ ਓਏ ਛੋਟੇ ਭਾਈ ਕਿਉਂ ਕਰਦੇ ਆ ਨਾ ਕਰੋ ਨਾ ਕਰੋ ਕਿਉਂ ਗੇੜ ਖਰਾਬ ਕਰਦੇ ਹੋ ਹੈ ਸੰਤਾਲੀ ਅੜਤਾਲੀ ਵਧੀਆ ਭੱਜ ਰਹੇ ਭੱਜੀ ਜਾਣ ਦੋ ਪੰਜਾਹ ਇਕਵੰਜਾ ਬਵੰਜਾ ਤਰਵੰਜਾ ਚਾਰ ਮਿੰਟ ਚੁਰੰਜਾ ਸਾਢੇ ਤਰਵੰਜਾ ਕਿਹੜੇ ਪਚਵੰਜਾ ਛਪੰਜਾ ਬੱਲੇ ਵਿਕਿਆ ਵਿਕਾ ਵੀ ਆਹ ਭਾਈ ਸਾਡਾ ਵਿਕਾ ਅਠਵੰਜਾ ਯਾਰ ਹਟ ਜਾਓ ਹਟ ਹੈ ਉਹ ਨਾ ਵੀ ਨਾ ਛੋਟੇ ਭਾਈ ਉਹ ਨਾ ਬੋਲੋ ਹਟ ਹੈ ਬਾਹਠ ਤ੍ਰੇਹਟ ਬਈ ਮੈਂ ਮਿਸਲ ਮਾਰ ਦੇਣੀ ਆ ਫੇਰ ਨਾ ਕਿਉਂ ਤੁਸੀਂ ਚੌਂਹਠ
ਭੱਜਣ ਦੇ ਬਲਦਾਂ ਨੂੰ 65 66 67 68 69 ਲਾਸਟ ਗੇੜਾ ਲਓ ਜੀ ਸੁਣੋ ਸਮਾਂ ਮੇਰੇ ਵੱਲ ਨੂੰ ਧਿਆਨ ਕਰਕੇ ਛੱਡ ਮੇਰੀ ਬਾਂਹ ਮਿੱਤਰਾ ਮੇਰੀ ਬੇਬੇ ਮਾਰਦੀ ਹਾਕਾਂ ਟਾਈਮ ਹੈ ਜੋੜੀ ਦਾ 5:19.13 ਮਾਰ ਦਿਓ ਤੁਹਾਡੀ ਇੱਕ ਵਾਰੀ ਮਿੱਤਰੋ ਤੁਹਾਡੇ ਜੋ ਕਈ ਸਾਥੀਆਂ ਨੇ ਕੜੀ ਦੱਬੀਆਂ ਹੋਣਗੀਆਂ ਜੇ ਕਿਸੇ ਨੂੰ ਸ਼ੰਕਾ ਮੇਰੇ ਨਾਲ ਜ਼ਰੂਰ ਗੱਲ ਕਰ ਸਕਦਾ ਹੈ।